ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੈ ਔਰ ਬੜੀਆਂ ਸਟਰਗਲਸ ਤੋਂ ਬਾਅਦ ਬੜੇ ਸੱਤਿਆਗ੍ਰਹਿਆਂ ਤੋਂ ਬਾਅਦ ਡਾਕਟਰ ਭੀਮ ਰਾਮ ਅੰਬੇਦਕਰ ਜੀ ਨੇ ਦੇਸ਼ ਦੇ ਹਰ ਨਾਗਰਿਕ ਨੂੰ ਇਹ ਰਾਈਟ ਦਿੱਤਾ ਹੈ ਔਰ ਇਹ ਰਾਈਟ ਸਾਡੇ ਸਭ ਦੀ ਤਾਕਤ ਹੈ ਔਰ ਇਹਦਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਔਰ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਘਰੋਂ ਨਿਕਲੋ ਵੋਟ ਕਰੋ ਦੇਸ਼ ਦੀ ਆਪਣੀ ਸਰਕਾਰ ਚੁਣਨ ਵਾਸਤੇ ਆਪਣੇ ਮਤ ਦਾ ਪ੍ਰਯੋਗ ਕਰੋ ਔਰ ਤੁਹਾਡਾ ਮਤ ਦੇਸ਼ ਦੇ ਅੰਦਰ ਸਰਕਾਰ ਲੈ ਕੇ ਆਏਗਾ ਤੁਹਾਡਾ ਮਤ ਤੁਹਾਡੀ ਸਰਕਾਰ ਲੈ ਕੇ ਆਏਗਾ ਅਸੀਂ ਜੀ ਆਪਣੇ ਮਤ ਦਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਧੁੱਪ ਛਾਂ ਬਰਸਾਤ ਇਹ ਆਉਣਗੀਆਂ ਜਾਣਗੀਆਂ ਲੇਕਿਨ 5 ਸਾਲ ਦੇਸ਼ ਕੌਣ ਚਲਾਏ ਇਹ ਵੋਟ ਡਿਸਾਈਡ ਕਰਦਾ ਹੈ। ਸਰ, ਇਲੈਕਸ਼ਨ ਕਮਿਸ਼ਨ ਵੱਲੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਇੱਕ ਟੀਚਾ ਰੱਖਿਆ ਗਿਆ ਕਿ 70% ਤੋਂ ਪਾਰ ਕਰਾਂਗੇ, ਕੀ ਉਮੀਦ ਹੈ ਕਿਉਂਕਿ ਹਾਲੇ ਦਿਨ ਦੀ ਸ਼ੁਰੂਆਤ ਹੋਈ ਹੈ, ਪੰਜਾਬੀਆਂ ਤੋਂ ਕੀ ਉਮੀਦਾਂ? ਮੈਨੂੰ ਬਹੁਤ ਉਮੀਦ ਹੈ, ਅਸੀਂ ਸਾਰੇ ਜਾਗਰੂਕ ਹਾਂ ਔਰ ਜਾਗਰੂਕਤਾ ਦੇ ਨਾਲ ਇਸ ਮਤ ਦਾ ਪ੍ਰਯੋਗ ਵੀ ਕਰਾਂਗੇ ਔਰ ਇਹ ਮਤ 70% ਤੋਂ ਜ਼ਿਆਦਾ ਪੋਲਿੰਗ ਹੋਣੀ ਚਾਹੀਦੀ ਔਰ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਕਿ ਘਰਾਂ 'ਚੋਂ ਨਿਕਲੋ ਵੋਟ ਕਰੋ ਔਰ ਆਪਣੇ ਵੋਟ ਦੇ ਨਾਲ ਦੇਸ਼ ਦਾ ਨੇਤਾ ਦੇਸ਼ ਦੀ ਸਰਕਾਰ ਚੁਣੋ ਕਿਉਂਕਿ ਤੁਸੀਂ ਵੋਟ ਕਰੋਗੇ ਤਾਂ ਉਸ ਵੋਟ ਦੇ ਅਧਿਕਾਰ ਦੇ ਨਾਲ 5 ਸਾਲ ਸਰਕਾਰ ਕੰਮ ਕਰੇਗੀ। ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੈ ਔਰ ਬੜੀਆਂ ਸਟਰਗਲਸ ਤੋਂ ਬਾਅਦ ਬੜੇ ਸੱਤਿਆਗ੍ਰਹਿਆਂ ਤੋਂ ਬਾਅਦ ਡਾਕਟਰ ਭੀਮ ਰਾਮ ਅੰਬੇਦਕਰ ਜੀ ਨੇ ਦੇਸ਼ ਦੇ ਹਰ ਨਾਗਰਿਕ ਨੂੰ ਇਹ ਰਾਈਟ ਦਿੱਤਾ ਹੈ ਔਰ ਇਹ ਰਾਈਟ ਸਾਡੇ ਸਭ ਦੀ ਤਾਕਤ ਹੈ ਔਰ ਇਹਦਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਔਰ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਘਰੋਂ ਨਿਕਲੋ ਵੋਟ ਕਰੋ ਦੇਸ਼ ਦੀ ਆਪਣੀ ਸਰਕਾਰ ਚੁਣਨ ਵਾਸਤੇ ਆਪਣੇ ਮਤ ਦਾ ਪ੍ਰਯੋਗ ਕਰੋ ਔਰ ਤੁਹਾਡਾ ਮਤ ਦੇਸ਼ ਦੇ ਅੰਦਰ ਸਰਕਾਰ ਲੈ ਕੇ ਆਏਗਾ ਤੁਹਾਡਾ ਮਤ ਤੁਹਾਡੀ ਸਰਕਾਰ ਲੈ ਕੇ ਆਏਗਾ ਅਸੀਂ ਜੀ ਆਪਣੇ ਮਤ ਦਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਧੁੱਪ ਛਾਂ ਬਰਸਾਤ ਇਹ ਆਉਣਗੀਆਂ ਜਾਣਗੀਆਂ ਲੇਕਿਨ 5 ਸਾਲ ਦੇਸ਼ ਕੌਣ ਚਲਾਏ ਇਹ ਵੋਟ ਡਿਸਾਈਡ ਕਰਦਾ ਹੈ। ਸਰ, ਇਲੈਕਸ਼ਨ ਕਮਿਸ਼ਨ ਵੱਲੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਇੱਕ ਟੀਚਾ ਰੱਖਿਆ ਗਿਆ ਕਿ 70% ਤੋਂ ਪਾਰ ਕਰਾਂਗੇ, ਕੀ ਉਮੀਦ ਹੈ ਕਿਉਂਕਿ ਹਾਲੇ ਦਿਨ ਦੀ ਸ਼ੁਰੂਆਤ ਹੋਈ ਹੈ, ਪੰਜਾਬੀਆਂ ਤੋਂ ਕੀ ਉਮੀਦਾਂ? ਮੈਨੂੰ ਬਹੁਤ ਉਮੀਦ ਹੈ, ਅਸੀਂ ਸਾਰੇ ਜਾਗਰੂਕ ਹਾਂ ਔਰ ਜਾਗਰੂਕਤਾ ਦੇ ਨਾਲ ਇਸ ਮਤ ਦਾ ਪ੍ਰਯੋਗ ਵੀ ਕਰਾਂਗੇ ਔਰ ਇਹ ਮਤ 70% ਤੋਂ ਜ਼ਿਆਦਾ ਪੋਲਿੰਗ ਹੋਣੀ ਚਾਹੀਦੀ ਔਰ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਕਿ ਘਰਾਂ 'ਚੋਂ ਨਿਕਲੋ ਵੋਟ ਕਰੋ ਔਰ ਆਪਣੇ ਵੋਟ ਦੇ ਨਾਲ ਦੇਸ਼ ਦਾ ਨੇਤਾ ਦੇਸ਼ ਦੀ ਸਰਕਾਰ ਚੁਣੋ ਕਿਉਂਕਿ ਤੁਸੀਂ ਵੋਟ ਕਰੋਗੇ ਤਾਂ ਉਸ ਵੋਟ ਦੇ ਅਧਿਕਾਰ ਦੇ ਨਾਲ 5 ਸਾਲ ਸਰਕਾਰ ਕੰਮ ਕਰੇਗੀ।